ਕਈ ਵਾਰੀ ਮਾਤਾ ਨਿਕਲੇ ਨਾ ਬਾਬੇ ਤੋਂ ਥੌਲਾ ਪਵਾ ਲੈਂਦੇ ਆ ਨਿੰਮ ਦੀ ਡਾਣੀ ਨਾਲ, ਦਾਣੇ ਖਤਮ ਹੋ ਜਾਂਦੇ ਆ, ਦਾਗ ਨਹੀਂ ਮਰਦਾ। ਪੰਜਾਬ ਨੂੰ ਭ੍ਰਿਸ਼ਟਾਚਾਰ ਦੀ ਮਾਤਾ ਨਿਕਲੀ ਹੈ, ਇਹ ਹੌਲੀ ਹੌਲੀ ਠੀਕ ਹੋਊਗੀ। ਸੋ ਅਸੀਂ ਰਲ ਮਿਲ ਕੇ ਹੰਭਲਾ ਮਾਰੀਏ, ਸਾਡੇ ਸਰਦਾਰ ਗੁਰਮੀਤ ਸਿੰਘ ਕੁੜੀਆਂ ਨੂੰ ਇੱਥੋਂ ਜਿਤਾ ਕੇ ਭੇਜੀਏ, ਤਾਂ ਕਿ ਸਾਡੇ ਹੱਕਾਂ ਲਈ ਜਾ ਕੇ ਜਿੰਦਗੀ ਬੋਲਣ, ਜੋ ਸਾਡੇ ਫੰਡ ਬਣਦੇ ਨੇ ਉਹ ਇੱਥੇ ਸਾਡੇ ਲਈ ਲੈ ਕੇ ਆਉਣ। ਸੋ ਜਿਹੜੇ ਪਿਛਲੇ ਐਮ ਪੀ ਸੀ ਉਹ ਕਦੇ ਜਿੱਤ ਕੇ ਇੱਥੇ ਨਹੀਂ ਆਏ ਸੀਗੇ, ਸਿਰਫ ਵੋਟਾਂ ਵੇਲੇ ਹੋਣ ਆਉਂਦੇ। ਅੱਜ ਜਿਹਨੇ ਪੰਜਾਬ ਨੂੰ ਉਜਾੜਿਆ, ਪੰਜਾਬ ਨੂੰ ਕੁੱਟਿਆ ਅਤੇ ਲੁੱਟਿਆ, ਉਹ ਪੰਜਾਬ ਦੇ ਵਿੱਚ ਯਾਤਰਾ ਕੱਢਦੇ ਹੈ, ਪੰਜਾਬ ਬਚਾਓ ਯਾਤਰਾ। ਦੀਪਾ ਹਰਸਿਮਰਤ ਕੌਰ ਬਾਦਲ ਤਲਵੰਡੀ ਸਾਬੋ ਆਈ, ਉੱਥੇ ਖੜੇ ਦੋਹੇ ਮੀਆਂ ਬੀਬੀ ਫੜੇ ਕਾਂ ਨੂੰ ਝਾਕਦੇ ਸੀ, ਕਿਸੇ ਨੇ ਖੋਜੀ ਨੂੰ ਦਿੱਤੇ। ਸੁਖਬੀਰ ਬਾਦਲ ਆਪ ਹੀ ਆਇਆ ਨਿਕਲੀ ਜਾਊਗਾ, ਉਹ ਟਾਈਮ ਗਿਆ ਜਿਹੜਾ ਫੁੱਲ ਮਾਰਦੇ, ਕਿਉਂਕਿ ਪੰਜਾਬ ਦੀ ਜਵਾਨੀ ਕਿਸਾਨੀ ਇਹਨਾਂ ਨੇ ਡੋਬੀ ਹੈ। ਸਾਡਾ 735 ਕਿਸਾਨ ਸ਼ਹੀਦ ਹੋ ਗਿਆ, ਮੈਂ ਨਹੀਂ ਕਹਿੰਦਾ, ਫੇਸਬੁੱਕ ਕਹਿੰਦੀ ਹੈ। ਜਦੋਂ ਸੁਖਬੀਰ ਬਾਦਲ ਨੇ ਕਿਹਾ ਸੀ ਕਾਨੂੰਨ ਬਹੁਤ ਵਧੀਆ, ਹਰਸਿਮਰਤ ਨੇ ਕਿਹਾ ਸੀ ਇਹ ਕਾਨੂੰਨ ਬਹੁਤ ਵਧੀਆ, ਬਾਦਲ ਸਾਹਿਬ ਨੇ ਵੀ ਕਿਹਾ ਸੀ ਇਹ ਕਾਨੂੰਨ ਬਹੁਤ ਵਧੀਆ, ਪਰ ਜਦੋਂ ਪਤਾ ਲੱਗਾ ਵੀ ਪਿੰਡਾਂ ਦੇਣਾ ਤਾਂ ਇਹਨਾਂ ਨੇ ਮੋਦੀ ਨਾਲ ਨਾਤਾ ਤੋੜ ਲਿਆ, ਫਿਰ ਇਹ ਕਾਨੂੰਨਾਂ ਨੂੰ ਮਾੜਾ ਦੱਸਣ ਲੱਗ ਗਏ। ਸੁਖਬੀਰ ਬਾਦਲ ਕਹਿੰਦਾ ਸੀ ਯੂਨੀਅਨ ਕੀ ਆ, ਅਸੀਂ ਕੁੱਟ ਕੇ ਅੰਦਰ ਵਾੜ ਦੇਵਾਂਗੇ, ਉਹਦੀਆਂ ਵੀਡੀਓ ਪਈਆਂ ਨੇ ਸੀ ਭਾਵੇਂ ਗਈ। ਸੋ ਵੀਰੋ ਤੁਹਾਨੂੰ ਪਤਾ ਕਿ ਇਹ ਡੋਗਰੀ ਨੀਤੀ ਕਰਦੇ ਆ, ਡੱਡੂ ਟਬੂਸੀਆਂ ਮਾਰਦੇ ਆ। ਅੱਜ ਦੇਖ ਲਓ ਪੀੜੀ ਦੀ ਰੇਡ ਪੈਂਦੀ ਹੈ ਚੱਕ ਕੇ ਬੀਜੇਪੀ 'ਚ, ਇਹੋ ਜਿਹਾ ਕਿਹੜਾ ਮੋਸ਼ਨ ਪੋਲਿਟਿਕਸ ਉਹਨਾਂ ਕੋਲੇ ਕਿ ਉਹਦੇ ਵਿੱਚ ਨਿਭਾ ਦਿੰਦੇ ਅਤੇ ਬੰਦਾ ਸਾਫ਼ ਹੋ ਜਾਂਦਾ ਮੁੜ ਕੇ ਬੀਜੇਪੀ। ਸੋ ਵੀਰੋ ਤੁਸੀਂ ਜਾਣੀ ਜਾਣੋ, ਪੜ੍ਹੇ ਲਿਖੇ ਹੋ, ਸੋਸ਼ਲ ਮੀਡੀਆ ਯੁੱਗ ਹੈ, ਸਭ ਨੂੰ ਪਤਾ ਕਿ ਪੰਜਾਬ ਨਾਲ ਧੱਕਾ ਕੀਤਾ ਹੈ ਬੀਜੇਪੀ। ਕਮਲ ਦਾ ਫੁੱਲ ਦੀਵਾ ਕਰਦਾ ਫੁੱਲ, ਪੰਜਾਬ 'ਚ ਕਦੇ ਨਹੀਂ ਸਕਦਾ ਫੁੱਲ, 735 ਕਿਸਾਨ ਅਸੀਂ ਕਦੇ ਨਹੀਂ ਸਕਦੇ ਫੁੱਲ, ਇਹ ਪੰਜਾਬ ਨੂੰ ਲੈਣ ਨੂੰ ਫਿਰਦਾ ਮੁੱਲ, ਧਰਨੇ 'ਤੇ ਕੱਟ ਦੇ ਕੇ ਮੋਦੀ ਦੇ ਢਿੱਲੇ ਹੋ ਗਏ ਸੀ ਫੁੱਲ। ਸੋ ਵੀਰੋ ਆਪਾਂ ਰਲ ਮਿਲ ਕੇ ਹੰਬੜਾ ਮਾਰੀਏ, ਪੰਜਾਬ ਦੇ ਵਿੱਚ ਆਪਾਂ 13 ਦੀਆਂ 13 ਸੀਟਾਂ ਜਿੱਤ ਰਹੇ ਹਾਂ, ਦੱਬ ਕੇ ਤਾੜੀਆਂ। ਜਿੰਦਾਬਾਦ ਆਮ ਆਦਮੀ ਪਾਰਟੀ, ਜਿੰਦਾਬਾਦ।